ਜੀਵਨ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਤੁਸੀਂ ਆਪਣੇ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਵਾਸਤੇ ਸੁਪਰ ਵੀਜ਼ਾ ਅਪਲਾਈ ਕਰਦੇ ਹੋ ਜਾਂ ਤੁਹਾਡੇ ਪੇਰੈਂਟਸ ਇੱਥੇ ਸੁਪਰ ਵੀਜ਼ਾ ਤੇ ਆ ਰਹੇ ਨੇ ਉਹਦੀ ਇੱਕ ਬੇਸਿਕ ਰਿਕੁਆਇਰਮੈਂਟ ਹੈ ਕਿ ਤੁਹਾਨੂੰ ਮਿਨਿਮਮ 100000 ਡਾਲਰਸ ਵਰਥ ਦੀ ਇੱਕ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਜਿਹਨੂੰ ਆਪਾਂ ਸੁਪਰ ਵੀਜ਼ਾ ਇੰਸ਼ੋਰੈਂਸ ਵੀ ਕਹਿ ਦਿੰਦੇ ਆ ਉਹ ਪ੍ਰੂਵ ਕਰਨੀ ਪੈਂਦੀ ਹੈ ਤੇ ਅੱਜ ਤੋਂ ਆਈ ਊਡ ਸੇ 2-3 ਸਾਲ ਪਹਿਲਾਂ 100000 ਵਰਥ ਦੀ ਪਾਲਿਸੀ ਬਹੁਤ ਮੰਨੀ ਜਾਂਦੀ ਸੀਗੀ ਆ ਤੇ ਮੇਰੇ ਕੋਲ ਹਾਰਡਲੀ ਪਿਛਲੇ 10 ਸਾਲਾਂ ਵਿੱਚ 2 ਜਾਂ 3 ਕਲੇਮ ਇਸ ਦੇ ਸੀਗੇ ਜਿਹੜੇ 100000 ਤੋਂ ਜ਼ਿਆਦਾ ਹੋ ਗਏ ਸੀ ਬਟ ਅਨਫੋਰਚਨਟਲੀ ਪਿਛਲੇ 2-3 ਸਾਲਾਂ ਵਿੱਚ ਮੈਂ ਦੇਖ ਰਿਹਾ ਜਿਹੜੇ 100000 ਤੋਂ ਜ਼ਿਆਦਾ ਦੇ ਕਲੇਮਸ ਹਨ ਉਹਦੀ ਫ੍ਰੀਕਵੈਂਸੀ ਦਿਨੋਂ ਦਿਨ ਇਨਕਰੀਜ਼ ਹੀ ਹੁੰਦੀ ਜਾ ਰਹੀ ਹੈ ਜੇ ਮੈਂ 2024 ਦੀ ਹੀ ਗੱਲ ਕਰਾਂ ਜੇ 2024 ਖਤਮ ਨਹੀਂ ਹੋਇਆ ਸਿਰਫ 9 ਮਹੀਨੇ ਗੁਜ਼ਰੇ ਨੇ ਐਂਡ ਆਈ ਆਲਰੇਡੀ ਹੈਵ 3 ਸੁਪਰ ਵੀਜ਼ਾ ਇੰਸ਼ੋਰੈਂਸ ਕਲੇਮਸ ਜਿਹਦੇ ਵਿੱਚ ਮੈਡੀਕਲ ਐਕਸਪੈਂਸਸ 100000 ਤੋਂ ਕਈ ਜ਼ਿਆਦਾ ਹੋ ਗਏ ਨੇ ਨਾਓ ਇਸ ਸਭ ਦਾ ਕਾਰਨ ਕੀ ਹੈ ਇਸ ਸਭ ਦਾ ਕਾਰਨ ਹੈ ਮੈਡੀਕਲ ਇਨਫਲੇਸ਼ਨ ਜਦੋਂ ਸੁਪਰ ਵੀਜ਼ਾ ਇੰਸ਼ੋਰੈਂਸ ਸ਼ੁਰੂ ਹੋਈ ਸੀ 2011 ਵਿੱਚ ਗਵਰਨਮੈਂਟ ਨੇ 1 ਲੱਖ ਡਾਲਰ ਮਿਨੀਮਮ ਪਾਲਿਸੀ ਰਿਕੁਆਇਰਮੈਂਟ ਉਸ ਵੇਲੇ ਬੰਨੀ ਸੀਗੀ ਬਟ ਅਗੇਨ 2011 ਤੋਂ ਹੁਣ 2024 ਆ ਗਿਆ 13 14 ਸਾਲਾਂ ਵਿੱਚ ਜਿਸ ਤਰ੍ਹਾਂ ਹਰ ਚੀਜ਼ ਦੀ ਕਾਸਟ ਇਨਕਰੀਜ਼ ਹੋ ਰਹੀ ਹੈ ਉਸੇ ਤਰ੍ਹਾਂ ਮੈਡੀਕਲ ਸਰਵਿਸਿਜ਼ ਦੀ ਕਾਸਟ ਵੀ ਇਨਕਰੀਜ਼ ਹੋ ਰਹੀ ਹੈ ਤانوں ਮੈਂ ਛੋਟੀ ਜੀ ਐਗਜ਼ਾਮਪਲ ਦਿੰਨਾ ਜੀ 2017 ਜਾਂ 18 ਵਿੱਚ ਮੇਰੇ ਇੱਕ ਕਲਾਇੰਟ ਦੇ ਮਦਰ ਦੀ ਅਪੈਂਡਿਕਸ ਸਰਜਰੀ ਹੋਈ ਸੀ ਤੇ ਟੋਟਲ ਕਾਸਟ ਜਿਹੜੀ ਉਹਦੀ ਸੀਗੀ ਕਰੀਬਨ 6 1/2000 ਸੀਗੀ 6.5000 ਸੀਗੀ ਤੇ ਰੀਸੈਂਟਲੀ ਇੱਕ ਕਲਾਇੰਟ ਦੇ ਮਦਰ ਨੂੰ ਸੇਮ ਜਾਂ ਸਿਮਲਰ ਟਾਈਪ ਦੀ ਅਪੈਂਡਿਕ ਸਰਜਰੀ ਹੋਈ ਹੈ ਉਹਦੀ ਕਾਸਟ ਕਰੀਬਨ ਕਰੀਬਨ 19000 ਡਾਲਰਸ ਹੋ ਚੁੱਕੀ ਹੈ ਸੋ ਹਾਰਟਲੀ 7-8 ਸਾਲਾਂ ਵਿੱਚ ਕਾਸਟ ट्रिपल हो चुकी है सो दैट इज व्हाट इज हैपनिंग के आजकल जड़े सुपर वीजा इंश्योरेंस पे क्लेम आ रहे हैं अनफॉर्चूनेटली दे आर गोइंग अबव एंड बियॉन्ड 100000 मच मच फ्रीक्वेंटली सो अगेन जी जबो भी ਤੁਸੀਂ ਆਪਣੇ ਪੇਰੈਂਟਸ ਵਾਸਤੇ ਸੁਪਰ ਵੀਜ਼ਾ ਇਨਸ਼ੋਰੈਂਸ ਲੈਂਦੇ ਹੋ ਟਰਾਈ ਟੂ ਗੈਟ ਕੋਟ ਫॉर 100000 ਤੇ ਜੋ ਵੀ ਤੁਸੀਂ ਡਿਡਕਟੇਬਲ ਚੂਜ਼ ਕਰਨਾ ਹੈ कोशिश करो कि अपने एडवाइज़र को पुछो कि हंड्रड तो ज़्यादा दी हंड्रड फिफ्टी थाउजेंड या उस तो ज़्यादा पॉलिसी की कॉस्ट दी है एंड इफ यू कैन अफोर्ड इट आई वुड हाईली इनकरेज यू टू गेट अ लिटल बेट मोर पॉलिसी दैन 100,000 थाउजेंड ਮਤਾਜ ਐਜ਼ I ਸੈਡ ਕਿ 100000 ਡਾਲਰਸ ਵਰਥ ਦੇ ਕਲੇਮ ਕਾਫੀ ਜ਼ਿਆਦਾ ਫ੍ਰੀਕੁਐਂਟ ਹੁਣ ਮੈਨੂੰ ਦੇਖਣ ਨੂੰ ਮਿਲ ਰਹੇ ਹਨ ਇਟ ਇਸ ਅਨਫੋਰਚੂਨੇਟ ਬਟ ਅੱਜ ਦੇ 4-500 ਡਾਲਰ ਜਿਹੜੇ ਤੁਸੀਂ ਐਕਸਟਰਾ ਸ਼ਾਇਦ ਖਰਚਨੇ ਪੈਣ ਤੁਹਾਨੂੰ ਦੋਜ਼ 4-500 ਡਾਲਰਸ ਮਾਈਟ ਸੇਵ ਯੂ ਫ੍ਰਮ ਬੈਂਕਰਪਸੀ ਮਾਈਟ ਸੇਵ ਯੂ ਫ੍ਰਮ ਗੈਟਿੰਗ ਇਨਟੂ ਡੈਟ लेट मी नो ਤੁਸੀਂ ਇਸ ਬਾਰੇ ਕੀ ਸੋਚਦੇ ਹੋ ਐਂਡ ਜੇ ਤੁਹਾਡਾ ਕੋਈ ਆਪਣਾ ਕੁਐਸਚਨ ਹੈ ਸੁਪਰ ਵੀਜ਼ਾ ਇੰਸ਼ੋਰੈਂਸ ਨੂੰ ਲੈ ਕੇ ਜਾਂ ਟ੍ਰੈਵਲ ਇੰਸ਼ੋਰੈਂਸ ਨੂੰ ਲੈ ਕੇ ਜਾਂ ਆਪਣੇ ਵਿਜ਼ਿਟਰਸ ਟੂ ਕੈਨੇਡਾ ਇੰਸ਼ੋਰੈਂਸ ਜੇ ਤੁਹਾਡੇ ਪੇਰੈਂਟਸ ਜਾਂ ਕੋਈ ਗੈਸਟ ਕੈਨੇਡਾ ਆ ਰਹੇ ਨੇ ਤੁਸੀਂ ਹਮੇਸ਼ਾ ਕਾਲ ਕਰ ਸਕਦੇ ਹੋ ਜੀ ਨੰਬਰ ਉਹੀ ਹੈ 416 270 1234 416 270 1234 ਥੈਂਕਸ ਫॉर ਸਟਾਪਿੰਗ ਬਾਈ ਸਾਗਮ ਗੋਇਲ